ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਤੁਹਾਨੂੰ ਪਤਾ ਹੈ ਕਿ ਕਾਂਗਰਸ ਦੇ ਵਿੱਚ ਬੋਲਣ ਦੀ ਆਜ਼ਾਦੀ ਨਹੀਂ? ਮੈਂ ਤਾਂ ਪਹਿਲੇ ਦਿਨ ਸੁਣਿਆ ਅੱਜ। ਅੱਛਾ, ਹਾਂ, ਉਹ ਕਹਿੰਦੇ ਜੀ ਆਸ਼ਾ ਕੁਮਾਰੀ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਜੀ, ਉਹ ਕਹਿੰਦੇ ਜੀ ਕਾਂਗਰਸ 'ਚ ਸਭ ਨੂੰ ਵਿਚਾਰ ਰੱਖਣ ਦੀ ਆਜ਼ਾਦੀ ਹੈ। ਬਿਲਕੁਲ ਠੀਕ ਹੈ। ਔਰ ਸਾਡੀ ਕੋਈ ਪਾਰਟੀ ਜਿਹੜੀ ਆ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਵਰਗੀ ਤਾਨਾਸ਼ਾਹ ਪਾਰਟੀ ਨਹੀਂ। ਤਾਨਾਸ਼ਾਹ ਪਾਰਟੀ ਨਹੀਂ ਨਾ, 1975 ਨਹੀਂ ਯਾਦ ਇਹਨਾਂ ਨੂੰ? ਐਮਰਜੈਂਸੀ ਵਾਲੀ ਗੱਲ? ਹਾਂ, ਉਹ ਕਾਂਗਰਸ ਨੇ ਲਾਈ ਸੀ। ਤੇ ਜਦੋਂ ਉਹ ਕਹਿ ਰਹੇ ਆ, ਬਿਲਕੁਲ ਉਹ ਇਹੀ ਸੋਚ ਕੇ ਕਹਿ ਰਹੇ ਆ ਕਿ ਲੋਕਾਂ ਦੀ ਯਾਦਾਸ਼ਤ ਬੜੀ ਛੋਟੀ ਭੁੱਲ ਗਏ ਹੋਣਗੇ। ਨਹੀਂ, ਪੰਜਾਬ ਦੇ ਜਿੰਨੇ ਗਵਰਨਰੀ ਰਾਜ ਹੋਏ ਨੇ ਕਾਂਗਰਸ ਦੇ ਟਾਈਮ ਦੇ ਉੱਤੇ ਜੀ, ਕੀ ਉਹ ਕੀ ਸੀ? ਉਹ ਬੋਲਣ ਦੀ ਆਜ਼ਾਦੀ ਸੀ? ਦਰਬਾਰ ਸਾਹਿਬ ਤੇ ਮੀਸਾ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਜੀ, NSA ਨੈਸ਼ਨਲ ਸਿਕਿਉਰਿਟੀ ਐਕਟ, ਇਹ ਕਿਹਨਾਂ ਦੀ ਦੇਣ ਆ? ਕਿਹੜੀ ਜਮਹੂਰੀਅਤ? ਅੱਛਾ, ਚਲੋ ਤੁਸੀਂ ਦੂਰ ਚਲੇ ਗਏ। ਅੱਛਾ, ਸੰਦਰਭ ਉਰੇ ਦਾ ਹੈ। ਅੱਛਾ, ਇਹ ਸੰਦਰਭ ਕਿਹੜਾ ਹੈ? ਆਖੇ ਜੀ ਪ੍ਰਤਾਪ ਸਿੰਘ ਬਾਜਵਾ ਨੇ ਜੇ ਬੇਅਦਬੀ ਮਾਮਲਿਆਂ 'ਚ ਵੱਖਰਾ ਸਟੈਂਡ ਲਿਆ ਕੈਪਟਨ ਅਮਰਿੰਦਰ ਸਿੰਘ ਨਾਲੋਂ, ਅਤੇ ਇਹਦੇ ਨਾਲ ਹਾਈਕਮਾਂਡ ਕੋਈ ਨਾਰਾਜ਼ ਨਹੀਂ। ਅੱਛਾ, ਪ੍ਰਤਾਪ ਸਿੰਘ ਬਾਜਵੇ ਨੇ ਕੋਈ ਵੱਖਰੀ ਗੱਲ ਨਹੀਂ ਕਹੀ, ਔਰ ਸਾਡੀ ਪਾਰਟੀ ਜਮਹੂਰੀ ਪਾਰਟੀ ਆ, ਸਭ ਨੂੰ ਵਿਚਾਰ ਰੱਖਣ ਦਾ ਅਧਿਕਾਰ ਹੈ ਜੀ। ਤੇ ਫਿਰ ਮੇਰਾ ਸਵਾਲ ਹੈ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਕਲੀਨ ਚਿੱਟ ਆ ਜੀ, ਤੇ ਨਵਜੋਤ ਸਿੰਘ ਸਿੱਧੂ ਕਿਹੜੀ ਸਜ਼ਾ ਭੁਗਤਦਾ ਪਿਆ? ਉਹਨਾਂ ਨੇ ਕਪਤਾਨ ਸਾਹਿਬ ਨੂੰ ਸਲਾਹ ਨਹੀਂ ਨਾ ਦਿੱਤੀ, ਉਹਨਾਂ ਹਾਈਕਮਾਨ ਨੂੰ ਸਲਾਹ ਦਿੱਤੀ ਸੀ ਕਿ ਵੀ ਜਿਹੜੇ ਰਲੇ ਮਿਲੇ ਆ ਸਾਰੇ ਠੋਕ ਦਿਓ। ਤੁਹਾਡਾ ਮਤਲਬ ਵੀ ਇਹ ਜਿਹੜਾ ਭਾਰਾ ਹੈ, ਹਾਂ, ਉਹਨੂੰ ਹੌਲਾ ਕਰਨ ਦਾ ਯਤਨ ਹੋਇਆ? ਹਾਂ, ਉਹਦਾ ਕਾਰਨ ਪਤਾ ਕੀ ਆ? ਦੇਖੋ, ਮਸਲਾ ਹੈ ਕਿ ਉਹ ਰਾਜ ਸਭਾ ਦੇ ਮੈਂਬਰ ਨੇ ਜੀ, ਕਿਤੇ ਨਾ ਕਿਤੇ ਰਾਜ ਸਭਾ 'ਚ ਪਤਾ ਹੀ ਆ ਸਾਡੀ ਹਾਲਤ ਕੀ ਹੈ ਇਸ ਵੇਲੇ ਕਾਂਗਰਸ ਦੀ। ਤੁਹਾਡਾ ਮਤਲਬ ਉਹ ਆਪਣਾ ਮੈਂਬਰ ਨਹੀਂ ਗਵਾਉਣਾ ਚਾਹੁੰਦੇ? ਮੈਂਬਰ ਨਹੀਂ ਗਵਾਉਣਾ ਚਾਹੁੰਦੇ। 370 ਨੂੰ ਲੈ ਕੇ ਵੱਖ ਵੱਖ ਰਾਗ ਲਾਪੇ ਜਾ ਰਹੇ ਨੇ ਕਾਂਗਰਸ ਦੇ ਅੰਦਰੋਂ ਹੀ ਜੀ। ਜਦੋਂ ਉੱਥੇ ਨਹੀਂ ਪਤਾ ਲੱਗਣ ਡਿਆ ਵੀ ਇਹ ਲੋਕਤੰਤਰ ਜਿਹੜਾ ਐਡੇ ਵੱਡੇ ਲੋਕਤੰਤਰ ਦੀ ਐਡੀ ਵੱਡੀ ਪਾਰਟੀ ਔਰ ਐਡੀ ਵੱਡੀ ਉਮਰ ਦੀ ਪਾਰਟੀ, ਸਦੀ ਪੁਰਾਣਾ ਇਤਿਹਾਸ, ਅਤੇ ਅਕਾਲੀਆਂ ਤੋਂ ਵੱਡੀ ਉਮਰ ਦੀ ਪਾਰਟੀ, ਬਿਲਕੁਲ ਸਭ ਤੋਂ ਵੱਡੀ ਉਮਰ ਆ, ਉਮਰ ਹੀ ਨਹੀਂ ਯਾਦ ਰਹਿੰਦੀ, ਉਮਰ ਹੀ ਨਹੀਂ ਯਾਦ, ਇੰਨੀ ਉਮਰ 'ਚ ਜਾ ਕੇ ਕਿੱਥੇ ਕੋਈ ਯਾਦ ਰਹਿੰਦਾ? ਹਾਂ, ਪਰ ਨਹੀਂ, ਕਾਂਗਰਸ ਨੂੰ ਤਾਂ ਯਾਦ ਹੈ। ਇਹ ਹੋ ਸਕਦਾ ਕਿ ਬੀਬੀ ਆਸ਼ਾ ਕੁਮਾਰੀ ਨੂੰ ਯਾਦ ਨਹੀਂ ਹੈ। ਹਾਂ, ਜੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਪੰਜਾਬ ਨੂੰ ਡੀਲ ਕਰ ਰਹੇ ਨੇ ਜੀ, ਉਹਨਾਂ ਨੂੰ ਨਹੀਂ ਪਤਾ ਵੀ ਬੋਲਣ ਦਾ ਅਧਿਕਾਰ ਕਿੱਥੇ ਹੈ ਕਿੱਥੇ ਨਹੀਂ। ਇਹ ਗੱਲ ਸਰਦਾਰ ਸਾਹਿਬ ਨੇ ਬੜੀ ਵਧੀਆ ਛੇੜੀ ਹੈ। ਦੇਖੋ, ਗੱਲ ਇੱਦਾਂ ਹੈ ਕਿ ਇੱਕੋ ਮੁੱਦੇ 'ਤੇ ਬਿਲਕੁਲ ਦੋ ਬੰਦੇ ਬੋਲਦੇ, ਬਿਲਕੁਲ ਵੱਖ ਵੱਖ ਸਮੇਂ 'ਤੇ ਬੋਲਦੇ ਆ, ਬਿਲਕੁਲ ਇੱਕ ਨੂੰ ਸਜ਼ਾ ਲਾਤੀ ਜਾਂਦੀ ਹੈ, ਬਿਲਕੁਲ, ਔਰ ਉਹਨੂੰ ਘਰ ਬਿਠਾ ਦਿੱਤਾ ਜਾਂਦਾ, ਬਿਲਕੁਲ, ਦੂਜਾ ਬੰਦਾ ਜਿਹੜਾ ਵਾ ਉਹ ਉਹਦੇ ਨਾਲ ਤਿੱਖੇ ਸੁਰ 'ਚ ਬੋਲਦਾ ਜੀ। ਮੇਰਾ ਮਤਲਬ ਸਿੱਧਾ ਜਾ ਕੇ ਨਵਜੋਤ ਸਿੰਘ ਸਿੱਧੂ ਬਠਿੰਡੇ 'ਚ ਰਾਜਾ ਬੜਿੰਗ ਦੀ ਰੈਲੀ ਦੇ ਵਿੱਚ ਇਹ ਕਹਿੰਦੇ ਆ, ਬਿਲਕੁਲ, ਕਿ ਪੰਜਾਬ ਦੇ ਲੋਕੋ 17 ਮਈ, ਹਾਂ, ਜਿਹੜੇ ਲੋਕ ਰਲੇ ਹੋਏ ਆ, ਬਿਲਕੁਲ, ਉਹਨਾਂ ਨੂੰ ਠੋਕ ਦਿਓ, ਠੋਕ ਦਿਓ। ਉਹ ਲੋਕਾਂ ਨੂੰ ਕਹਿ ਰਹੇ ਆ, ਲੋਕਾਂ ਨੂੰ, ਉਹ ਲੋਕਾਂ ਨੂੰ ਕਹਿੰਦੇ ਨੇ ਨਵਜੋਤ ਠੋਕ ਦਿਓ। ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲ ਦਿੱਤਾ ਜਾਂਦਾ ਇਹ ਕਹਿ ਕੇ, ਬਿਲਕੁਲ, ਕਿ ਕਾਂਗਰਸ ਸ਼ਹਿਰਾਂ 'ਚ ਹਰ ਗਈ, ਬਿਲਕੁਲ, ਜ਼ਿੰਮੇਵਾਰੀ ਸਿੱਧੂ ਦੀ, ਕਿਉਂਕਿ ਉਹ ਕੋਲ ਸਥਾਨਕ ਸਰਕਾਰਾਂ ਮੰਤਰਾਲਾ ਸੀ ਜੀ। ਨਵਜੋਤ ਸਿੰਘ ਸਿੱਧੂ ਨੇ ਬਥੇਰਾ ਆਰਾਮ ਰੌਲਾ ਪਾਇਆ, ਬਿਲਕੁਲ, ਕਿ ਮੇਰਾ ਕੀ ਕਸੂਰ ਹੈ, ਮੇਰੀ ਆਪਣੀ ਕਾਰਗੁਜ਼ਾਰੀ ਦਿਖਾਈ ਜੀ, ਪ੍ਰੈਸ ਕਾਨਫਰੰਸਾਂ ਕੀਤੀਆਂ, ਹਾਈਕਮਾਂਡ ਨੂੰ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਜੀ, ਲੇਕਿਨ ਬਣਿਆ ਕਿ ਉਹਨੂੰ ਘਰ ਦੇ ਵਿੱਚ ਆ ਕੇ ਆਰਾਮ ਅਵਸਥਾ, ਵਿਸ਼ਰਾਮ ਅਵਸਥਾ 'ਚ ਰਹਿਣਾ ਪਿਆ। ਹਾਂ, ਜੈਸੇ ਥੇ, ਜਦੋਂ ਪਰੇਡ ਹੋ ਜਾਂਦੀ ਹੈ ਨਾ ਜੀ, ਉਹ 1.5-2 ਘੰਟਾ ਸਾਵਧਾਨ ਬੇਸ਼ਰਮ ਸਾਵਧਾਨ ਕਰਦੇ ਰਹਿੰਦੇ ਨੇ ਜੀ, ਪੂਰੀ ਤਰ੍ਹਾਂ ਨਚਾਰ ਚੂ ਕੇ ਚੰਗੀ ਤਰ੍ਹਾਂ ਉਹਦਾ ਪਸੀਨਾ ਕੱਢ ਕੇ ਫਿਰ ਕਹਿੰਦੇ ਨੇ ਜੈਸੇ ਥੇ ਵੀ ਉਸੇ ਤਰ੍ਹਾਂ ਆਰਾਮ ਅਵਸਥਾ ਜਾ ਜਾਓ। ਔਰ ਲਗਭਗ ਕਿੰਨੇ ਮਈ ਦੱਸਿਆ ਸੀ, 17? ਬਿਲਕੁਲ, ਮਈ 'ਚੋਂ, ਔਰ ਹੁਣ ਜਾ ਰਿਹਾ ਹੈ ਅਕਤੂਬਰ ਆ ਗਿਆ, ਅਕਤੂਬਰ, ਚਲੋ ਸਤੰਬਰ ਦੇ ਆਖਰੀ ਦਿਨਾਂ ਦੀ ਗੱਲ ਕਰ ਲਓ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਥਾਂ 'ਚ ਖੇਡਦੇ ਆ, ਬਿਲਕੁਲ, ਜਦੋਂ ਉਹ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਅਮਰਿੰਦਰ ਸਿੰਘ ਨੇ ਜਿਹੜੀ ਕਲੀਨ ਚਿੱਟ ਦਿੱਤੀ ਸੀ ਕਿਸੇ ਚੈਨਲ ਨੂੰ ਇੰਟਰਵਿਊ ਦਿੰਦੇ ਆ, ਬਿਲਕੁਲ, ਉਹਦੇ ਖਿਲਾਫ ਭੁਗਤਦੇ ਆ ਜੀ, ਤੇ ਉਦੋਂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਉਨਾ ਹੀ ਤਿੱਖਾ ਸੀ ਜਿੰਨਾ ਸਿੱਧੂ ਦਾ ਸੀ, ਬਿਲਕੁਲ, ਰਾਦਰ ਜ਼ਿਆਦਾ ਤਿੱਖਾ ਸੀ, ਜ਼ਿਆਦਾ ਤਿੱਖਾ ਸੀ। ਲੇਕਿਨ ਕੀ ਕਾਰਨ ਹੈ ਕਿ ਇੱਕੋ ਹੀ ਪਾਰਟੀ 'ਚ ਦੋ ਅਲੱਗ ਅਲੱਗ ਮਾਪਦੰਡ, ਦੋ ਅਲੱਗ ਹਸਤੀਆਂ, ਦੋ ਅਲੱਗ ਮਾਪਦੰਡ, ਵਿਸ਼ਾ ਇੱਕੋ? ਦੇਖੇ, ਜ਼ਿਮਨੀ ਚੋਣ ਆ ਸਿਰ ਤੇ। ਅੱਛਾ, ਉਸ ਕਰਕੇ? ਹਾਂ, ਕਈ ਵਾਰੀ ਤੁਸੀਂ ਜਾਓ ਨਾ ਸੜਕ ਦੇ ਉੱਤੇ, ਦੂਰ ਹੀ ਕਿਤੇ ਬੋਰਡ ਲਾਇਆ ਹੁੰਦਾ, ਠੀਕ ਹੈ, ਕਾਹਦਾ, ਅੱਗੇ ਰਸਤਾ ਖਰਾਬ ਹੈ, ਦਾਇਨੇ ਹੱਥ ਹੋ ਜਾਓ। ਅੱਛਾ, ਤੇ ਜੇ ਕਿਤੇ ਮਾੜੇ ਗਰੀਬ ਦਾ ਕੋਈ ਟਰੱਕ ਫਸਿਆ ਹੋਵੇ, ਉਹਨੂੰ ਲਿਖਿਆ ਨਹੀਂ ਹੁੰਦਾ ਕੁਛ ਵੀ, ਕੀ ਕੀਤਾ ਹੁੰਦਾ, ਉਹ ਦੂਰ ਦਰਖਤ ਦੀ ਟਾਹਣੀ ਪੁੱਟ ਕੇ ਸੁੱਟੀ ਹੁੰਦੀ ਹੈ, ਲੋਕ ਅੰਦਾਜ਼ਾ ਲਾ ਲੈਂਦੇ ਵੀ ਅੱਗੇ ਨਹੀਂ ਲੱਗ ਜਾਣਾ ਇਹ ਤੋਂ। ਅੱਛਾ, ਉਹਨੂੰ ਲਿਖਣ ਦੀ ਲੋੜ ਨਹੀਂ ਪੈਂਦੀ। ਹੁਣ ਸਿੱਧੂ ਸਾਹਿਬ ਦੇ ਅੱਗੇ ਲਿਖਿਆ ਕੁਛ ਨਹੀਂ ਹੈ, ਉਹ
ਟਾਣੀ ਪੁੱਟ ਕੇ ਦਰਖਤ ਦੀ ਸੁੱਟੀ ਹੋਈ ਆ। ਅੱਛਾ, ਤੂੰ ਕਾਕਾ ਇੱਧਰ ਦੀ ਨਹੀਂ ਲੱਗਣਾ, ਖਤਰਾ ਇੱਧਰੋਂ ਦੀ ਥੋੜ੍ਹਾ, ਸੜਕ ਮਾੜੀ ਆ। ਲੇਕਿਨ ਲੇਕਿਨ ਦੋ ਪਹਿਲੂ ਆ ਇੱਥੇ ਵੀ ਜੀ, ਕਿ ਕੀ ਜਿਹੜੇ ਪੁਰਾਣੇ ਕਾਂਗਰਸੀ ਆ ਜੀ, ਪ੍ਰਤਾਪ ਸਿੰਘ ਬਾਜਵਾ ਪਿਤਾ ਪੁਰਖੀ ਕਾਂਗਰਸੀ ਚੱਲੇ ਆਉਂਦੇ, ਬਿਲਕੁਲ, ਕੀ ਉਹਨਾਂ ਨੂੰ ਉਹਨਾਂ ਦੀਆਂ ਪੁਰਾਣੀਆਂ ਵਫ਼ਾਦਾਰੀਆਂ ਦਾ ਜੀ ਮੁੱਲ ਦਿੱਤਾ ਜਾ ਰਿਹਾ ਜੀ, ਕਿ ਇਹਨਾਂ ਨੂੰ ਕਾਂਗਰਸ ਦੇ ਵਿੱਚੋਂ ਜਲੀਲ ਨਹੀਂ ਕਰਨਾ ਜੀ, ਜਾਂ ਹਾਈਕਮਾਂਡ ਦੇ ਪੁਰਾਣੇ ਖੁੰਗ ਜਿਹੜੇ ਜੀ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਗੁੱਜੇ ਭੇਤ ਜਾਣਦੇ ਨੇ ਅੰਦਰ ਦੇ, ਉਹਨਾਂ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਜ਼ਿਆਦਾ ਆੜੀ ਸੀ ਜੀ। ਇਹਦਾ ਮਤਲਬ ਹੈ ਕਿ ਨਵੇਂ ਦੌਰ ਦਾ ਜਿਹੜਾ ਖੂਨ ਸੀ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ, ਉਹ ਸਾਰਾ ਬਾਹਰ ਕਰਤਾ? ਨਹੀਂ, ਬਾਹਰ ਕਰਨ ਦੀ ਗੱਲ ਨਹੀਂ, ਹਾਂਜੀ, ਅਜੇ ਤੱਕ ਉਹਨਾਂ ਨੂੰ ਉਹ ਦਾ ਪੇਚ ਨਹੀਂ ਆਏ ਜਿਹੜੇ ਪੁਰਾਣੇ ਖੁੰਗਾਂ ਕੋਲ ਆ। ਜੇ ਨਵਜੋਤ ਸਿੰਘ ਸਿੱਧੂ ਦੀ ਸਾਂਝ ਇਹਨਾਂ ਨਾਲ ਹੀ ਸੀ ਸਿਰਫ ਜੀ, ਤੇ ਪੁਰਾਣਿਆਂ ਨੂੰ ਉਹ ਚੁਭਣ ਲੱਗ ਗਿਆ ਥੋੜੇ ਦਿਨਾਂ 'ਚ। ਤੁਹਾਨੂੰ ਯਾਦ ਹੈ ਜਦੋਂ ਇਹਨਾਂ ਦਾ ਜਿਹੜਾ ਦਿੱਲੀ ਦੇ ਵਿੱਚ ਆ, ਕਿੱਥੇ ਸੀਗਾ ਜਿਹੜਾ ਕਾਂਗਰਸ ਦਾ ਆਪਣੀ ਵਰਕਿੰਗ ਕਮੇਟੀ ਦਾ ਸੀ, ਜਮਰਖਲ ਜਨਰਲ ਇਜਲਾਸ ਸੀ, ਜਨਰਲ ਇਜਲਾਸ ਸੀ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਸਾਹਮਣੀ ਲਾਈਨ 'ਚ, ਚਿਦੰਬਰਮ ਵੀ ਬੈਠੇ ਆ, ਡਾਕਟਰ ਮਨਮੋਹਨ ਸਿੰਘ, ਔਰ ਉਹ ਘੰਟਾ ਪਰ ਬੋਲਦਾ ਹੈ। ਬਿਲਕੁਲ, ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਪੁਰਾਣੇ ਕਾਂਗਰਸੀ ਖੁੰਗ ਕਾਂਗਰਸੀ ਉਹਨਾਂ ਦੇ ਅੰਦਰ ਐ ਜਿੱਦਾਂ ਆਰੀ ਨਹੀਂ ਫਿਰਦੀ ਯਾਰ, ਕੱਲ ਆਇਆ ਤੇ ਮੇਲਾ ਲੁੱਟ ਕੇ ਲੈ ਚੱਲਿਆ? ਬਿਲਕੁਲ, ਅੱਖਾਂ 'ਚ ਤੇ ਉਦੋਂ ਹੀ ਚੁੱਭਦਾ ਹੋਊਗਾ, ਤੇ ਮੌਕਾ ਪੈਣ ਤੇ ਕਿਸੇ ਨੇ ਸਾਥ ਨਹੀਂ ਦਿੱਤਾ। ਔਰ ਉਹ ਲੋਕ, ਮੈਨੂੰ ਤੇ ਹੈਰਾਨੀ ਇਸ ਗੱਲ ਦੀ ਆਉਂਦੀ ਆ ਕਿ ਉਹ ਪਾਰਟੀ ਜਿਹੜੀ ਲੰਬੇ ਲੰਬੇ ਭਾਸ਼ਣ ਦਿੰਦੀ ਆ, ਬਿਲਕੁਲ, ਕਿ ਦੇਸ਼ ਦੀ ਸੱਤਾ ਨੌਜਵਾਨਾਂ ਦੇ ਹੱਥ 'ਚ ਜਾਣੀ ਚਾਹੀਦੀ ਆ। ਹਾਂਜੀ ਬਿਲਕੁਲ, ਨੌਜਵਾਨਾਂ ਦੇ ਹੱਥ 'ਚ ਜਾਣੀ ਚਾਹੀਦੀ ਆ ਜੀ, ਪਰ ਜਿਹਨਾਂ ਦੇ ਹੱਥ 'ਚ ਹੈਗੀ ਆ ਉਹ ਵਿਚਾਰੇ ਉੱਥੇ ਬੈਠੇ ਨੇ ਤਿਹਾੜ ਜੇਲ੍ਹ ਦੇ ਵਿੱਚ, ਜਿਹਨਾਂ ਨੂੰ ਸੱਤਾ ਸੌਂਪੀ। ਤੁਸੀਂ ਗੱਲ ਸੁਣੋ ਜੀ, ਉਹ ਵਿਚਾਰੇ ਐਪਲੀਕੇਸ਼ਨ ਤੇ ਘੜੀ ਮੁੜੀ ਅਦਾਲਤਾਂ 'ਚ ਲਾਉਂਦੇ ਆ, ਜਾਂਦੇ ਸੁਪਰੀਮ ਕੋਰਟ 'ਚ ਲਾਤੀ, ਮੈਨੂੰ ਇਹ ਛੁੱਟੀ ਦਿਓ। ਤੁਹਾਨੂੰ ਯਾਦ ਹੋਣਾ ਜਦੋਂ ਕੋਰ ਕਮੇਟੀ ਦੀ ਬਾਅਦ ਦੇ ਵਿੱਚ ਮੀਟਿੰਗ ਹੋਈ ਸੀ, ਜਦੋਂ ਰਾਹੁਲ ਗਾਂਧੀ ਅਸਤੀਫਾ ਦਿੰਦੇ ਆ, ਉਦੋਂ ਵੀ ਰਾਹੁਲ ਦੇ ਹੱਕ 'ਚ ਬਹੁਤੇ ਕਾਂਗਰਸੀ ਲੀਡਰ ਨਹੀਂ ਸੀ ਭੁਗਤੇ। ਬਿਲਕੁਲ, ਜਿਹੜੇ ਬਜ਼ੁਰਗ ਸੀ ਨਾ, ਉਹਨਾਂ ਨੇ ਕਿਹਾ ਸੀ ਨਹੀਂ ਵੱਡੇ ਮਾਤਾ ਜੀ ਠੀਕ ਨੇ, ਸੋਨੀਆ ਗਾਂਧੀ 'ਤੇ ਉਹਨਾਂ ਨੇ ਉਂਗਲ ਧਰੀ ਸੀ ਵੀ ਇਹੋ ਹੀ ਠੀਕ ਨੇ। ਪ੍ਰਿਯੰਕਾ ਗਾਂਧੀ ਬਾਰੇ ਕਪਤਾਨ ਸਾਹਿਬ ਨੇ ਕਿਹਾ ਜੀ, ਲੇਕਿਨ ਇਹ ਮੰਨ ਲੈਣਾ ਚਾਹੀਦਾ ਕਿ ਕਿਤੇ ਨਾ ਕਿਤੇ ਕਾਂਗਰਸ ਨੇ ਆਪਣੀ ਨੀਤੀ ਬਣਾ ਲਈ ਆ ਵੀ ਇਹ ਜਿਹੜੇ ਨੌਜਵਾਨ ਨੇ ਨਾ ਥੋੜ੍ਹੇ ਜਿਹੇ ਜ਼ਿਆਦਾ ਲਾਪਰਵਾਹ ਜਿਹੇ ਹੋ ਗਏ, ਕੱਢ ਦਈਏ। ਜਿੱਦਾਂ ਅਸ਼ੋਕ ਤਨਵਰ ਹਰਿਆਣੇ ਵਾਲਾ ਜੀ, ਉਹਨੂੰ ਵੀ ਤਾਂ ਸਲਾਹ ਹੀ ਦਿੱਤੀ ਹੈ ਨਾ। ਨਹੀਂ, ਤਨਵਰ ਨੇ ਤਾਂ ਕੱਲ੍ਹ ਚੰਗਾ ਖੋਰੂ ਪਾਇਆ। ਨਹੀਂ, ਖੋਰੂ ਤਾਂ ਪਾਇਆ, ਕੀ ਪਾਇਆ ਜੀ, ਉਹਦਾ ਫਾਇਦਾ ਕੀ? ਬੈਂਸ ਦੇ ਅੱਗੇ ਬੀਨ ਵਜਾਉਣੀ, ਰੰਧਾਵਾ ਸਾਹਿਬ ਤੁਸੀਂ ਵੀ ਜਾਣਦੇ ਹੋ, ਫਾਇਦਾ ਕੀ? ਜਿੱਥੋਂ ਤੱਕ ਗੱਲ ਤੁਸੀਂ ਕੀਤੀ ਨਾ ਜਮਹੂਰੀਅਤ ਦੀ, ਉਹ ਮੈਂ ਇੱਕ ਲਾਈਨ 'ਚ ਸਾਫ ਕਰ ਲੱਗਾ। ਕਰੋ ਜ਼ਰੂਰ। ਕਿ 1975 ਦੀ ਐਮਰਜੈਂਸੀ ਲੱਗਦੀ ਹੈ, ਹਾਂ, ਇੰਦਰਾ ਗਾਂਧੀ ਦੇ ਖਿਲਾਫ ਜਦੋਂ ਇੰਦਰਾ ਨੂੰ ਗ੍ਰਿਫਤਾਰੀ ਦਾ ਮੌਕਾ ਆ ਜਾਂਦਾ, ਅਤੇ ਦੋ ਪਾਂਡੇ ਭਰਾਵਾਂ ਨੇ ਹਵਾਈ ਜਹਾਜ਼ ਹਾਜੈਕ ਕੀਤਾ ਸੀ। ਬਿਲਕੁਲ ਕੀਤਾ। ਉਹਨਾਂ ਨੂੰ ਬਾਅਦ ਦੇ ਵਿੱਚ ਇਸੇ ਕਾਂਗਰਸ ਨੇ ਨਵਾਜਿਆ, MP ਦੀ ਟਿਕਟ ਨਾਲ ਨਵਾਜਿਆ ਸੀ, ਉਹ ਲੋਕ ਪਾਰਲੀਮੈਂਟ 'ਚ ਬੈਠੇ ਜੀ। ਲੇਕਿਨ ਦੂਸਰੇ ਪਾਸੇ 1981 'ਚ ਜਿਹੜੇ ਦੋ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਸੀਗੇ, ਜਿਨ੍ਹਾਂ ਨੇ ਜਹਾਜ਼ ਅਗਵਾ ਕੀਤਾ ਦਲ ਖਾਲਸਾ ਦੇ ਬੰਦਿਆਂ ਨੇ, ਉਹ ਅਜੇ ਤੱਕ ਟੱਕਰਾਂ ਖਾਂਦੇ ਫਿਰਦੇ ਆ ਕਾਨੂੰਨ ਦੀਆਂ। ਦੇਖੋ, ਇੱਥੇ ਤਕੜੇ ਦਾ 700 ਬਿਲਕੁਲ ਹਮੇਸ਼ਾ ਹੀ ਆ। ਹੁਣ ਹਾਂ, ਹੁਣ ਤੁਸੀਂ ਆਏ ਜੀ, ਤੁਹਾਨੂੰ ਹੁਣ ਪਤਾ ਲੱਗਾ ਕਿ ਤਗੜੇ ਦਾ 700 ਬੀਬੀ ਆਸ਼ਾ ਕੁਮਾਰੀ ਪੰਜਾਬ ਦੇ ਮਾਮਲਿਆਂ ਦੀ ਇੰਚਾਰਜ ਹੈ, ਉਹਨਾਂ ਨੂੰ ਸਮਝਾਇਆ ਗਿਆ ਕਿ ਪੰਜਾਬ 'ਚੋਂ ਕੋਈ ਮਾੜੀ ਹਵਾ ਵਗੇ ਅਤੇ ਬਾਰਡਰ 'ਤੇ ਸ਼ੰਭੂ ਬੈਰੀਅਰ 'ਤੇ ਰੋਕ ਲਓ, ਅੱਗੇ ਜਿਹੜਾ ਖਤਰਾ ਵੱਡਾ ਜ਼ਿਆਦਾ ਆ, ਦਿੱਲੀ ਵੱਲ ਨਹੀਂ ਆਉਣ ਦੇਣੀ, ਨਾ ਨਾ ਹਰਿਆਣੇ 'ਚ, ਹਰਿਆਣੇ 'ਚ ਬਹੁਤ ਖਤਰਾ ਆ ਅੱਗੇ। ਅੱਛਾ, ਹਰਿਆਣੇ ਦੀ ਹਵਾ ਜਿਹੜੀ ਕਿਸੇ ਟਾਈਮ ਦਿੱਲੀ ਦੀ ਆਬੋ ਹਵਾ ਖਰਾਬ ਕਰ ਸਕਦੀ ਆ। ਅੱਛਾ, ਜਿੱਦਾਂ ਪੰਜਾਬ 'ਚ ਪਰਾਲੀ ਸੜੇ ਨਾ ਕਿਤੇ ਮਾੜੀ ਜੀ, ਅਤੇ ਦਿੱਲੀ ਵਾਲੇ ਕੇਜਰੀਵਾਲ ਉਡੀ ਕਹਿੰਦੇ ਆ, ਨੱਕ ਬੰਦ ਹੋ ਗਿਆ, ਮੂੰਹ ਬੰਦ ਹੋ ਗਿਆ, ਚੀਕਾਂ ਕੇਜਰੀਵਾਲ ਦੀਆਂ ਨਿਕਲ ਜਾਂਦੀਆਂ, ਬਿਲਕੁਲ, ਅਤੇ ਉੱਥੇ ਹੋ ਜਾਂਦਾ। ਲੇਕਿਨ ਜਦੋਂ ਇੱਥੇ ਪੰਜਾਬ 'ਚ ਹੜ੍ਹ ਆਉਂਦੇ ਆ, ਲੋਕ ਮਰ ਜਾਂਦੇ ਆ, ਸਭ ਕੁਝ ਡੰਗਰ ਮਾਲ ਤਬਾਹ ਹੋ ਜਾਂਦਾ, ਉਦੋਂ ਕਦੀ ਕਿਸੇ ਨੂੰ ਦਿੱਲੀ ਦੇ 'ਚ ਨਹੀਂ ਪਤਾ ਲੱਗਦਾ ਪੰਜਾਬ 'ਚ ਕੁਝ ਹੋਇਆ ਜੀ। ਦਿੱਲੀ ਵੈਸੇ ਵੀ ਦਿਲ ਦੀ ਜ਼ਰਾ ਦੂਰ ਹੀ ਹੈ। ਹਾਂ ਹਾਂ, ਦਿੱਲੀ ਸਦਾ ਦੂਰ ਰਹੀ? ਨਹੀਂ, ਦੂਰ ਤਾਂ ਰਹੀ, ਵੈਸੇ ਤੁਸੀਂ ਦਿਲ ਦੀ ਗੱਲ ਕਰ ਹੀ ਲਈ ਆ ਜੀ, ਅਤੇ ਚਲੋ ਮੈਂ ਅਗਾਂਹ ਤੋਰ ਦੇਵਾਂ ਕਿ ਜਿਹੜੇ ਹਾਰਟ ਦੇ ਲੋਕ ਨੇ, ਜਾਣਕਾਰ ਨੇ, ਉਹ ਕਹਿੰਦੇ ਇੱਕ ਨਾੜੀ ਸਾਫ਼ ਖੂਨ ਲਿਆਉਂਦੀ ਅਤੇ ਦੂਜੀ ਗੰਦਾ ਲੈ ਕੇ ਬਾਹਰ ਚੱਲ ਜਾਂਦੀ, ਦਿਲ ਕੋਈ ਐਡਾ ਮਾੜਾ ਨਹੀਂ ਹੈ। ਅੱਛਾ, ਦਿਲ ਜਿਹੜਾ ਉਹ ਬਰਾਬਰ ਬੈਲੈਂਸ ਰੱਖਦਾ। ਫਿਰ ਦਿੱਲੀ ਅਤੇ ਪੰਜਾਬ ਦਾ ਜਿਹੜਾ ਬੈਲੈਂਸ ਆ ਜੀ, ਇਹ ਕਦੇ ਪ੍ਰੋਪਰ ਕਿਉਂ ਨਹੀਂ ਬੈਠਦਾ? ਇਹ ਸਦਾ ਵੈਂਟੀਲੇਟਰ 'ਤੇ ਹੀ ਰਿਸ਼ਤੇ ਰਹਿੰਦੇ ਆ।
ਉਹਦਾ ਕਾਰਨ ਵੈਂਟੀਲੇਟਰ ਤੇ ਇਸ ਕਰਕੇ ਆ ਕਿ ਇਹਨਾਂ ਦੀਆਂ ਜਿਹੜੀਆਂ ਨਾੜਾਂ ਨੇ ਨਾ, ਇਹਨਾਂ ਦਾ ਜਿਹੜਾ ਮਾਦਾ ਆ ਪੰਜਾਬ ਵਾਲਿਆਂ ਦਾ, ਉਹ ਐਡਾ ਇਹਨਾਂ ਵਾਲਾ ਮਜ਼ਬੂਤ ਨਹੀਂ ਹੈਗਾ ਵੀ ਟਕਾਰ ਜਾਓ ਸਾਰਾ ਕੁਝ। ਇਸੇ ਕਹਿੰਦੇ ਵੀ ਜੇ ਖਾ ਲਿਆ ਤੇ ਉਂਗਲ ਨਾਲ ਟੇਢੀ ਉਂਗਲ ਦਾ ਘਿਓ ਕੱਢਣਾ, ਜਿਹੜਾ ਉਹ ਇਹਨਾਂ ਦੀ ਉਦਾਹਰਣ ਆ, ਉਹਨਾਂ ਦੀ ਨਹੀਂ ਹੈ। ਅੱਛਾ ਦੋਸਤੋ, ਗੱਲ ਇੱਦਾਂ ਹੈ ਕਿ ਫਿਰ ਰਿਪੀਟ ਕਰਨ ਲੱਗਿਆਂ ਕਿ ਜਦੋਂ ਇੱਕ ਮਸਲੇ 'ਤੇ ਇੱਕੋ ਜਿਹੇ ਵਿਚਾਰ ਅਤੇ ਫਿਰ ਇੱਕ ਨੂੰ ਕਲੀਨ ਚਿੱਟ ਬਿਲਕੁਲ ਅਤੇ ਦੂਜੇ ਨੂੰ ਸਜ਼ਾ ਬਿਲਕੁਲ, ਇਹ ਕਿੱਥੋਂ ਦਾ ਇਨਸਾਫ ਜੇ ਤੁਸੀਂ ਇਨਸਾਫ ਕਰਨ ਬਹਿੰਦੇ ਹੋ ਜੀ। ਅਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਦਾ ਡੇਢ ਮਹੀਨਾ ਮਸਲਾ ਲਟਕਦਾ ਰਿਹਾ ਜੀ, ਉਦੋਂ ਆਸ਼ਾ ਕੁਮਾਰੀ ਜੀ ਕਿੱਥੇ ਸੀ? ਬਿਲਕੁਲ, ਕੀ ਉਦੋਂ ਕੇਂਦਰੀ ਹਾਈਕਮਾਂਡ ਨੂੰ ਇਸ ਤਰ੍ਹਾਂ ਦਾ ਕੋਈ ਖਿਆਲ ਨਹੀਂ ਆਇਆ ਕਿ ਕੋਈ ਧਿਰ ਵਿਜੜੀ ਆ? ਬਿਲਕੁਲ, ਹਾਂ ਅਹਿਮਦ ਪਟੇਲ ਜਿਹੜੇ ਅਕਸਰ ਕਾਂਗਰਸ ਦੇ ਮਸਲੇ ਨਿਬੇੜ ਲਈ ਜਾਣੇ ਜਾਂਦੇ ਔਰ ਸ਼੍ਰੀ ਸੋਨੀਆ ਗਾਂਧੀ ਦੇ ਬਹੁਤ ਕਰੀਬੀ ਆ, ਬਿਲਕੁਲ ਉਹਨਾਂ ਨੂੰ ਵੀ ਜਾਂਚ ਨਾ ਆਈ ਕਿ ਇਹਨਾਂ ਦਾ ਆਪਸ ਵਿੱਚ ਨਿਪਟਾ ਲਿਆ, ਉਹਨਾਂ ਦੀ ਡਿਊਟੀ ਵੀ ਲੱਗੀ ਜੀ। ਨਵਜੋਤ ਸਿੰਘ ਸਿੱਧੂ ਵਰਗਾ ਜੋਸ਼ੀਲਾ ਤੇ ਪੰਜਾਬ ਲਈ ਦਰਦ ਰੱਖਣ ਵਾਲਾ ਤੇ ਕੁਝ ਕਰਨ ਦਾ ਮਾਦਾ ਰੱਖਣ ਵਾਲਾ ਬੰਦਾ ਘਰ ਬਿਠਾਤਾ? ਦੇਖੋ ਉਹਦਾ ਕਾਰਨ ਤੇ ਇਹੋ ਹੀ ਹੈ ਨਾ ਜੀ ਕਿ ਜਿਹੜਾ ਬੰਦਾ ਬੋਲਦਾ ਪਿਆ, ਜਿਹੜਾ ਕੰਮ ਕਰਦਾ, ਕੰਮ ਥੋੜੋ ਕੰਮ ਵਾਲੇ ਬੰਦੇ ਥੋੜੋ ਚਾਹੀਦੇ ਆ ਪਾਰਟੀਆਂ ਦੇ ਵਿੱਚ, ਭਾਵੇਂ ਜੋ ਮਰਜ਼ੀ ਹੈ ਜਿਹੜੀ ਮਰਜ਼ੀ ਪਾਰਟੀ ਹੈ, ਉੱਥੇ ਜੀ ਹਜ਼ੂਰੀਏ ਚਾਹੀਦੇ ਆ। ਉਹ ਟਕਸਾਲੀ ਲਫ਼ਜ਼ ਜਿਹੜਾ ਸੀ ਉਹ ਗਿਆ, ਚਾਹੇ ਕਾਂਗਰਸ 'ਚ ਆ ਚਾਹੇ ਦੂਸਰਿਆਂ 'ਚ ਆ, ਕਿਸੇ ਵੀ ਵਿਚਾਰਧਾਰਾ ਨਾਲ ਪੁਰਾਣਾ ਜੁੜਿਆ ਬੰਦਾ ਜਿਹੜਾ, ਬਿਲਕੁਲ, ਜਿਹਨੂੰ ਜਨਰੇਸ਼ਨ ਗੈਪ ਕਹਿੰਦੇ ਆ ਨਾ ਜੀ, ਜਨਰੇਸ਼ਨ ਗੈਪ ਇਹੋ ਹੀ ਆ, ਜਨਰੇਸ਼ਨ ਗੈਪ ਇਹੋ ਹੀ ਆ ਕਿ ਜਿਹੜੇ 90 ਸਾਲ ਦੇ ਲੋਕ ਨੇ ਜਦੋਂ ਰਾਹੁਲ ਗਾਂਧੀ ਪ੍ਰਧਾਨ ਬਣਦਾ ਅਤੇ ਰਾਹੁਲ ਗਾਂਧੀ ਦੇ ਗੋਡੀਆਂ ਥਲਾਉਂਦੇ ਨੇ ਜੀ, ਜੋ ਪੰਜਾਬ 'ਚ ਵੀ ਹੋਇਆ। ਮੈਨੂੰ ਸਰਦਾਰ ਜੀ ਇੱਕ ਗੱਲ ਦੱਸੋ, ਹੁਣ ਇਹਦੇ ਅਰਥ ਕੱਢਣ ਦਾ ਯਤਨ ਕਰੀਏ ਜੀ, ਮੁੱਦੇ 'ਤੇ ਆਈਏ ਜੀ। ਜਦੋਂ ਆਸ਼ਾ ਕੁਮਾਰੀ ਇਹ ਕਲੀਨ ਚਿੱਟ ਦੇ ਰਹੇ ਆ ਜੀ, ਕੀ ਇਹ ਕਲੀਨ ਚਿੱਟ ਦੇ ਪਿੱਛੇ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ਦੇ ਰਿਸ਼ਤੇ ਨੇ? ਕੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜ ਦਿੱਲੀ 'ਚ ਹੈ ਜੀ, ਕੈਪਟਨ ਅਮਰਿੰਦਰ ਸਿੰਘ ਦਾ ਇਸ਼ਾਰਾ ਸੀ ਆਸ਼ਾ ਕੁਮਾਰੀ ਨੂੰ ਕਿ ਬਾਜਵੇ ਨੂੰ ਕਲੀਨ ਚਿੱਟ ਦੇ ਦਿਓ? ਅਹਿਮਦ ਪਟੇਲ ਜਾਂ ਹਾਈਕਮਾਨ ਦਾ ਇਸ਼ਾਰਾ ਸੀ ਕਿ ਬਾਜਵੇ ਨੂੰ ਕਲੀਅਰ ਕਰ ਦਿਓ ਜੀ, ਜਾਂ ਆਸ਼ਾ ਕੁਮਾਰੀ ਅਤੇ ਅਮਰਿੰਦਰ ਸਿੰਘ ਦੇ ਰਿਸ਼ਤਿਆਂ 'ਚ ਕੋਈ ਤਰੇੜ ਆਈ ਹੈ ਅਤੇ ਅਗਲੀ ਨੇ ਇੱਧਰਲੇ ਪਾਸੇ ਨੂੰ ਜ਼ਰਾ ਇੱਕ ਝਟਕਾ ਦਿੱਤਾ? ਤੁਹਾਨੂੰ ਰੰਧਾਵਾ ਸਾਹਿਬ ਇੱਕ ਹੋਰ ਲਫ਼ਜ਼ ਵੀ ਯਾਦ ਹੋਣਾ, ਸਿਆਸਤਦਾਨਾਂ ਦੇ ਜਾਂ ਉੱਚ ਅਹੁਦਿਆਂ 'ਤੇ ਬੈਠੇ ਲੋਕ ਜਿਹੜੇ ਨੇ ਉਹਨਾਂ ਦੀ ਜ਼ਬਾਨ ਕਈ ਵਾਰੀ ਗੋਤਾ ਖਾ ਜਾਂਦੀ ਹੈ। ਤੁਹਾਨੂੰ ਲੱਗਦਾ ਆਸ਼ਾ ਕੁਮਾਰੀ ਜੀ ਦੀ ਗੋਤਾ ਖਾ ਗਈ? ਕੋਈ ਪਤਾ ਨਹੀਂ ਹੈ, ਹੋਰ ਅੱਧੇ ਪੌਣੇ ਘੰਟੇ ਨੂੰ ਕਹਿ ਦੇਣ ਵੀ ਮੇਰਾ ਤਾਂ ਜਿਹੜਾ ਬਿਆਨ ਸੀ ਉਹ ਲਾਇਆ ਹੀ ਗਲਤ ਹੈ। ਅੱਛਾ, ਇੱਕ ANI ਦਾ ਬਿਆਨ ਤੁਰਿਆ ਫਿਰਦਾ, ਬਿਲਕੁਲ ANI ਦੀ ਸਟੇਟਮੈਂਟ ਆ, ਬਿਲਕੁਲ ਪਹਿਲਾਂ ਇਹੀ ANI ਕਹਿੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਡਾਕਟਰ ਮਨਮੋਹਨ ਸਿੰਘ ਨੂੰ ਮਿਲੇ ਜੀ, ਉਹਨਾਂ ਨੂੰ ਸੱਦਾ ਦਿੱਤਾ ਕਿ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਪਹਿਲਾ ਜਥਾ ਜਾ ਰਿਹਾ ਉਹਦੇ 'ਚ ਤੁਸੀਂ ਸਾਡੇ ਨਾਲ ਚੱਲੋ, ਬਿਲਕੁਲ, ਤੇ ਡਾਕਟਰ ਮਨਮੋਹਨ ਸਿੰਘ ਨੇ ਇਹਦੇ ਲਈ ਸਹਿਮਤੀ ਪ੍ਰਗਟ ਕਰਤੀ, ਠੀਕ ਹੈ। ਲੇਕਿਨ ANI ਥੋੜੇ ਦੇਰ ਬਾਅਦ ਇਹੀ ਗੱਲ ਰਿਪੀਟ ਕਰ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਵਾ ਕਿ ਜਦੋਂ ਮੈਂ ਹੀ ਨਹੀਂ ਜਾਣਾ ਡਾਕਟਰ ਮਨਮੋਹਨ ਸਿੰਘ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਜੀ, ਔਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਕੀ ਕੈਪਟਨ ਅਮਰਿੰਦਰ ਸਿੰਘ ਇੰਨੀ ਤਾਕਤ ਰੱਖਦੇ ਨੇ ਕਿ ਉਹ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਕਹਿਣ ਤੂੰ ਮੇਰੇ ਹੁਕਮ ਅਨੁਸਾਰ ਚੱਲ? ਨਾਲੇ ਡਾਕਟਰ ਮਨਮੋਹਨ ਸਿੰਘ ਹੁਕਮ ਮੰਨਦੇ ਨਾ, ਉਹ ਕੁਛ ਪਹਿਲੀ ਗੱਲ ਨਾ ਉਹ ਵਿਰੋਧ ਕਰਦੇ ਆ, ਬਿਲਕੁਲ, ਪਹਿਲੀ ਗੱਲ ਇਹ ਆ ਕਿ ਉਹ ਸ਼ਖਸ ਐਸਾ ਆ ਜਦੋਂ ਕਿਤੇ ਤੁਹਾਨੂੰ ਕਹਿੰਦੇ ਨਾ ਬਿਲਕੁਲ ਤੁਹਾਡਾ ਸਾਹ ਦੀ ਰਗ ਨੂੰ ਹੱਥ ਪਾ ਲਵੇ ਕੋਈ, ਉਦੋਂ ਤੁਹਾਡਾ ਸਾਹ ਸੌਖਾ ਕਰਨ ਲਈ ਜਾਣਿਆ ਜਾਂਦਾ ਸ਼ਖਸ ਹੈ ਜੀ, ਉਹ ਆਪਣੀ ਰਗ ਨਾ ਕਿਸੇ ਨੂੰ ਹੱਥ ਪਾਉਣ ਦਿੰਦਾ ਅਤੇ ਨਾ ਉਹ ਇਸ ਮਸਲੇ 'ਚ ਆਉਂਦਾ ਹੀ ਹੈ। ਨਹੀਂ, ਵੱਡੀ ਗੱਲ ਆ ਕਿ ਉਹਨਾਂ ਦੀ ਨਾ ਕੋਈ ਈਗੋ ਹੈ, ਬਿਲਕੁਲ ਨਾ ਕੋਈ ਖਾਹਿਸ਼ ਆ, ਨਾ ਕੋਈ, ਮੈਨੂੰ ਲੱਗਦਾ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਸਿਆਸੀ ਲਾਲਸਾ ਹੀ ਰੱਖੀ। ਮੈਂ ਕਿਹਾ ਜੀ ਉਹਦੀ ਇਹਨਾਂ ਨੇ VVI ਜਿਹੜੀ ਜੈਡ ਸਿਕਿਉਰਿਟੀ ਵਾਪਸ ਲਈ, SPG ਗਰੁੱਪ ਲੈ ਲਿਆ ਵਾਪਸ, ਹੁਣ ਕੋਈ ਨਹੀਂ ਬੋਲਿਆ, ਲੇਕਿਨ ਇੱਥੇ ਸ਼ਹਿਰ ਦਾ ਕੌਂਸਲਰ ਹੋਵੇ ਨਾ ਕੋਈ, ਉਹਦਾ ਇੱਕ ਗੱਲ ਕਿਤੇ ਸਿਪਾਹੀ ਵਾਪਸ ਲੈ ਲਓ ਅਤੇ ਉਹ ਮੜ ਮੜ ਕੇ ਕਮਲਾ ਹੋ ਜਾਂਦਾ। ਹਾਂ, ਲੇਕਿਨ ਉਹ ਸ਼ਖਸ ਦੇ ਉੱਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਨਹੀਂ ਕਿਹਾ ਕਿ ਉਹ ਜਾਵੇਗਾ ਕਰਤਾਰਪੁਰ ਸਾਹਿਬ ਅਤੇ ਉਹ ਤਾਂ ਇਕੱਲਾ ਵੀ ਚਲੇ ਜਾਊ। ਸਵਾਲ ਮੁੜ ਆਈਏ, ਘੁੰਮ ਆਈਏ ਜੀ, ਆਸ਼ਾ ਕੁਮਾਰੀ ਨੇ ਕਿਹਦੇ ਇਸ਼ਾਰੇ 'ਤੇ, ਕੀ ਪੁਰਾਣੇ ਰਿਸ਼ਤੇ, ਜਿਹੜੇ ਪੁਰਾਣੇ ਰਿਸ਼ਤੇ ਬਾਜਵਾ, ਕੁਛ ਪੁਰਾਣਾ ਨਾ ਕਹੋ, ਬਾਰ ਬਾਰ ਮੈਂ ਕਹਿ ਰਿਹਾ ਕਿ ਹਰਿਆਣੇ ਦੀ ਹਾਲਤ ਦੇਖੋ, ਜਦੋਂ ਬੰਦਾ ਵੈਂਟੀਲੇਟਰ 'ਤੇ ਪਿਆ ਹੋਵੇ ਨਾ ਅਤੇ ਫਿਰ ਉਹ ਇਹੋ ਹੀ ਕਹਿੰਦਾ ਵੀ ਉਹ ਜਿਹੜਾ ਉਹਨੂੰ ਸਮਝਾ ਲਓ, ਉਹ ਜਿਹੜਾ ਇਹਨੂੰ ਵੀ ਗਲੇ ਲਾ ਲਓ। ਕੀ ਫਿਰ ਆਸ਼ਾ ਕੁਮਾਰੀ ਜੀ ਹੋਲੀ ਸਿਟੀ ਅੰਮ੍ਰਿਤਸਰ ਦੇ ਵਿੱਚ ਜੀ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਵੀ ਚੱਕਰ ਮਾਰਨਗੇ? ਇਲੈਕਸ਼ਨ ਦੇ ਵਿੱਚ ਤਾਂ ਇਹ ਵੀ ਰੋਲ ਹੋ ਸਕਦਾ।
महाराज जी ये तो आपसी चीज ये होंगे जी इनू कहते सदाचार की मेलनी जी होंगी है। अच्छा ये तो कहते जी देखो जिदा उन्होंने पहला कहता सी कि नवजोत सिद्धू जड़े ने बड़े चंगे विधायक ने जी विधायक वजो काम कर रहे ने उहदा कहण दा मतलब ये कि काका जिनी तनखा मिलती उत्ते गुजारा करी जा जी वैसे तू साडी निगाह जा मतलब चिंता ना लाई चिंता ना लाई सानू ख्याल है हाँ चिंता आपे ला लांगे हाँ हुण जो चिंता कितें हो गई जी तो फिर पता उदन ही लगना जिदन कि नवजोत सिद्धू हरियाणे च जा कर जा। अजे तक नवजोत सिंह सिद्धू ने कोई इशारा नहीं दिता बिल्कुल उन्हें कोई इशारा नहीं दिता अजे बाजवा साहब ने भी बीबी आशा कुमारी दे इन्हां शब्दों के उत्ते कोई प्रतिक्रम नहीं भेजिया वह भी कहिंदे हुणे कि कोई डर नहीं बीबा तू लड़ाई लड़ी जा मेरी तो गल नूं कितें लोड़ आई ते आपां वी तुहाडे नाल खड़ांगे कितें इह वी ना सोचदे होण जी कि जिद्दां कैप्टन अमरिंदर सिंह वल्लों ANI ने रिपीट बयान लाता हाँ हाँ सो कोई पता नहीं होता प्रताप सिंह बाजवा रिएक्शन देने तो पहले ये सोचते होंगे कि आशा कुमारी का भी सोध के बयान ना आ जाए बिल्कुल कहते सोन भादो के तिलके का गुस्सा नहीं करना चाहिए। अच्छा सियासत दे विच तिलकनबाजी है हाँ ये सियासत जिहड़ी है ये कोई परमानेंट गेम नहीं हैगी जी ये तो बस तिलकनबाजी उलझनबाजी बस ये बाजिया ही बाजियां ने ये बाजिया तो अगे गल तुरनी चाहिए है सियासत लोग इतना की भी होनी चाहिए है सियासत जिस स्टेट लई तुसी कर रहे हो उहदा अपना एक खासा हुंदा है उहदा अपना उत्थों दे लोगां दा जीवन ढंग है उहनू जरूर सर्व करो। लेकिन एक चीज़ है हाँ जदों तुसी हुण बेदबी दी गल कीती सी ना बीबी आशा कुमारी ने कहा क्योंकि बेदबी दे मामले ते बोले ने हाँ ते बार बार याद करो कि पंजाब दे चार जिमनी हलकियां च ते हरियाणा दी 90 सीटां दे उत्ते बार बार बेदबी गूंजणी है। हाँ बिल्कुल चलो हरियाणा दी 10-12 दे पक्कियां ना जिथे सिख वोट जिहड़ी आ असर कर दी ना मतलब ना वाचक वतीरा बड़ा अपनाउंदे जे नहीं नहीं ना वाचक 90 दियां 180 गिणो उहनां दियां। अच्छा तुसीं नहीं 10-12 कहणियां तुसीं 90 दियां 180 गिणो घट्टो घट बादल दल दे प्रधान सुखबीर सिंह बादल दे कोलों अपना जिहड़ा दायरा आ अपनी सोच नूं उड़ान नूं उच्चा करन दी नसीहत लो। तुहाडा मतलब है कि जे 1% भी वोट दा असर होवे बिल्कुल किसे भी सीट ते बिल्कुल ते जे धार ते किते 150 ते भी हो जांदी हाँ बिल्कुल देखो कोई पता नहीं हुंदा दुश्मन नूं कमजोर भी ना समझो ते दुश्मन नूं ताकत भी ना समझो नाले जदों 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 सिंह फस जाण बिल्कुल उदों निकलदा ते उही है ना हाँ जिहड़ा हर हीला वरतदा है बिल्कुल बड़े में खाने निकलदे ने। पंजाब दे विच भी बेसिकली चार हलकियां दे विच इही मुद्दे रहिणे आ बिल्कुल हरियाणे दे विच भी इहदा असर होणा जी और पंजाब दी राजनीति ही ये 2015 दीयां घटनावां दे वाले घूम रही है। बीबी आशा कुमारी नूं इह जरूर कहना चाहांगे जी कि तुसीं चाहे जो मर्जी कहो हुण प्रताप सिंह बाजवा नूं बेअदबी मामले दा वास्ता पा के बख्शण दी कोशिश करो लेकिन पंजाब दे लोक जी ते विशेष करके गुरु नानक नाम लेवा जी तुहानूं उदों तक बख्शण दे मूड विच नहीं आउणगे जब तक तुसी बेअदबी दा इंसाफ दे नहीं दिंदे क्योंकि तुहाडी जिहड़ी पंजाब दी कुर्सी है ये बेअदबी दे इंसाफ दी हामी भर के जिहड़ी तुसी लई है ये तो बाहर नहीं जा सकते। एक तरदी खबर मैं होर पढ़ी सी जा सुनी सी जी तुसी अंडोस करोगे नहीं मैनू नहीं पता कि कैप्टन साहब ने अपने वजीरां नू ए कहा है जी मंत्रियां नू। अच्छा उहदे च खबर च ए सी कि आदेश निर्देश दित्ते आ जी कि जिमनी चोण वाले हलकियां तो बाहर नहीं जाना। हाँ उहदा कारण है लड़ाई फस गई इहदा मतलब है लड़ाई सब थाई फसी हुई है। देखो गल तो फिर उही है कि इज्जत तो दोनों पासे दाँ ते लगी हुई है ना लगी है ये नहीं है भी नहीं लगी क्योंकि बार बार बगावत इत्थे गूंज रही है। सरदार साहब एक होर भी गल है ना जी कि पंजाब का इतिहास जिहड़ा वा पिछले कई दहाकियां दा जी वो ये है कि जिहड़ियां भी जिमनी चोणां हुंदियां बाई इलैक्शनस जी उहदे विच जिहड़ा सत्ता च धिर है जी वो अपने कैंडीडेट जिता लैंदी बिल्कुल ते जे किते ये उल्टा पै गया गेड़ जी जे मान लो दो सीटां भी निकल गईयां जी दो कोई होर लै गए दो कांग्रेस लै गई फिर भी ये एक तरह का संकेत होंदा है कि तुहाडा जिहड़ा ग्राफ है पॉपुलैरिटी का बिल्कुल वो निमन पद्धर ते है। लेकिन असीं इहनूं जे कोई इहो जिहा ग्राफ बनिया भी फिर मैं गल करांगा कि सुखबीर सिंह बादल तो थोड़ा जिहा दिशा लैनी चाहीदी है जी कि उन्होंने पंजाब दीयां 10 सीटां चों 2 जित के कहा सी कि असीं सूबे च जेतू रहे हैं हाँ पर ढीठताई का भी दिक्कत हाँ जी
एक ढीठताई का भी तो लैवल होंगे नहीं देखो मेरी गल सुनो फिर तुम्हें भाणा तो मनना ही पैना मन लिया गया जो तुहाडे अंदर विरोध है जो बीजेपी शरेआम कह रही है कि उन्होंने को सिख चेहरे जड़े आ अद्धी विधानसभा जो के हो गए है बिल्कुल 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 अद्धी विधानसभा के चेहरे जड़े आ वट के होने चाहे अकाली हो गए चाहे कांग्रेसी हो गए ਜਾਂ ਆਮ ਆਦਮੀ ਪਾਰਟੀ ਦੇ ਹੋਣਗੇ ਕਿਤੇ ਬਾਹਰੋਂ ਤਿਆਰ ਨਹੀਂ ਆਉਣੇ ਤੇ ਇਹਨਾਂ 'ਚੋਂ ਹੀ ਆ ਆਉਣੇ ਤੇ ਇਹਨਾਂ 'ਚੋਂ ਹੀ ਆ ਜੀ ਗੱਲ ਦੁਨੀਆ ਗੋਲ ਆ ਬਿਲਕੁਲ ਘੁੰਮ ਘੁਮਾ ਕੇ ਉੱਥੇ ਘੁੰਮ ਘੁਮਾ ਕੇ ਉੱਥੇ ਹੋਣਾ ਜਾਂਦੇ ਜਾਂਦੇ ਇੱਕ ਲਾਈਨ ਦੇ ਵਿੱਚ ਬੀਬੀ ਆਸ਼ਾ ਕੁਮਾਰੀ ਨੂੰ ਬੇਨਤੀ ਹੈ ਕਿ ਜੇ ਬੇਅਦਬੀ ਮਾਮਲਿਆਂ 'ਚ ਬਾਜਵਾ ਗਲਤ ਨਹੀਂ ਜੀ ਅਤੇ ਬੇਅਦਬੀ ਮਾਮਲਿਆਂ 'ਚ ਨਵਜੋਤ ਸਿੰਘ ਸਿੱਧੂ ਦੀ ਵੀ ਰਾਏ ਬਾਜਵਾ ਤੋਂ ਵੱਖਰੀ ਨਹੀਂ ਸੀ ਜੀ ਇੱਕ ਹੀ ਮੁੱਦੇ 'ਤੇ ਦੋ ਤਰ੍ਹਾਂ ਦੀ ਤੁਹਾਡੀ ਰਾਏ ਅਤੇ ਦੋ ਤਰ੍ਹਾਂ ਦਾ ਤੁਹਾਡਾ ਜਿਹੜਾ ਚਿਹਰਾ ਉਹ ਅਖੜਦਾ ਹੈ ਲੋਕਾਂ ਨੂੰ ਸਥਿਤੀ ਸਪਸ਼ਟ ਕਰਨੀ ਬਣਦੀ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਗਲਤ ਸੀ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਵੀ ਗਲਤ ਸੀ ਬਿਲਕੁਲ ਫਿਰ ਜੇ ਕਲੀਨ ਚਿੱਟ ਬਾਜਵਾ ਨੂੰ ਮਿਲਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਘਰ ਜਾ ਕੇ ਦੇਣੀ ਚਾਹੀਦੀ ਅਤੇ ਉਹਦਾ ਮਹਿਕਮਾ ਵਾਪਸ ਕਰ ਦੇਣਾ ਚਾਹੀਦਾ ਬਿਲਕੁਲ ਅਤੇ ਜੇ ਇੰਜ ਨਹੀਂ ਤਾਂ ਫਿਰ ਦੋਹਰੇ ਚਿਹਰਿਆਂ ਨਾਲ ਅਤੇ ਅਕਾਲੀਏ ਵੀ ਰੁਲਦੇ ਫਿਰ ਨਾਲ ਹੀ ਜੇ ਤੁਸੀਂ ਜਾਖੜ ਸਾਹਿਬ ਨੂੰ ਸੁਣੀ ਜਾਖੜ ਨੂੰ ਜਿਹੜਾ ਕਿ ਆਪਣੀ ਪਾਰਟੀ ਦੀ ਹਾਰ ਮੰਨਦਾ ਫਿਰ ਤੁਸੀਂ ਉਹਦਾ ਅਹੁਦਾ ਵਾਪਸ ਕਰ ਰਹੇ ਹੋ ਜੀ ਤੇ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਫਿਰ ਸਾਰਾ ਕੁਝ ਸੋਚੋ ਜੇ ਸੁਨੀਲ ਜਾਖੜ ਨੂੰ ਵਾਪਸ ਮਿਲਦਾ ਹਾਂ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਵਾਪਸ ਮਿਲਣਾ ਬਿਲਕੁਲ ਸੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ